ਜਿਹੜਾ ਹੈ ਕਬੱਡੀ ਖੇਡਦਾ ਹੈ ਅੱਜ ਜੀਦਾਰੀ ਦੀ ਗੱਲ ਗੱਲ ਚੁਸਤੀ ਦੀ ਗੱਲ ਫੁਰਤੀ ਦੀ ਗੱਲ ਦੇਖੀ ਵੀ ਸਾਡੇ ਬਜ਼ੁਰਗ ਇਹਨਾਂ ਮੈਚਾਂ ਨੂੰ ਦੇਖਣ ਦੇ ਵਾਸਤੇ ਬਿਲਕੁਲ ਬੜੇ ਪਿਆਰ ਦੇ ਨਾਲ ਬੈਠੇ ਹੋਏ ਨੇ ਸੋ ਇਹਨਾਂ ਸਾਰੇ ਬਜ਼ੁਰਗਾਂ ਦਾ ਧੰਨਵਾਦ ਹੈ ਲੇਕਿਨ ਇਹਦੇ ਪਾਸੇ ਸੁਰਿੰਦਰ ਨੌਜਨ ਗੁੱਟ ਫੜ ਕੇ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਹੁਣ ਦੇਖਦੇ ਵੀ ਕੋਸ਼ਿਸ਼ ਕਾਮਯਾਬੀ ਦੇ ਵਿੱਚ ਬਦਲਦੀ ਹੈ ਨੰਬਰ ਲਗਭਗ ਰੇਡਰ ਦਾ ਜਾਫੀ ਦਾ ਗੁੱਟ ਫੜਦਾ ਹੋਇਆ ਮੈਦਾਨ ਦੇ ਅੰਦਰ ਬਾਰ ਬਾਰ ਕੋਸ਼ਿਸ਼ ਹੁੰਦੀ ਹੋਈ ਤੇ ਹੁਣ ਦੇਖੇ ਵੀ ਨੰਬਰ ਲਗਭਗ ਰੇਡਰ ਦੇ ਕੇ ਜਾਫੀ ਦੇ ਸੇ ਸਾਡੇ ਰੈਫਰੀ ਸਾਹਿਬਾਨ ਨੇ ਵਿਸਲ ਮਾਰ ਕੇ ਫੈਸਲਾ ਕਰ ਦਿੱਤਾ ਕਿ ਨੰਬਰ ਸੰਧੂ ਚੱਠੇ ਦੇ ਵਾਸਤੇ ਜੁੜਦਾ ਹੋਇਆ ਇਸੇ ਦੇ ਨਾਲ ਚੱਲਦੇ ਹੋਏ ਮੁਕਾਬਲੇ ਦਾ ਹਾਫ ਸਮਾਂ ਆਪਾਂ ਹਾਫ ਸਮੇਂ ਦੇ ਸਕੋਰ ਜਿਹੜੇ ਸਾਂਝੇ ਕਰਾਂਗੇ ਬਈ ਧਰਮਕੋਟ ਦੇ ਨੰਬਰ ਜਿਹੜੇ 5 ਨੇ ਤੇ ਸੰਧੂ ਚੱਠੇ ਦੇ ਪੁਆਇੰਟ 13.5 ਨੰਬਰ ਸਾਡੇ 13 ਪੁਆਇੰਟ ਜਿਹੜੀ ਟੀਮ ਸਟੇਜ ਵਾਲੇ ਖੇਡ ਰਹੀ ਹੈ ਜਿਹਦੇ ਪਾਸੇ ਸਾਡੀ ਵੀਆਈਪੀ ਸਟੇਜ ਹੈ ਇਧਰਲੇ ਪਾਸੇ ਜਿਹੜੀ ਟੀਮ ਖੇਡ ਰਹੀ ਹੈ ਉਸਦੇ 13.5 ਪੁਆਇੰਟ ਨੇ ਔਰ ਜਿਹੜੀ ਟੀਮ ਮੇਰੇ ਤੋਂ ਸੱਜੇ ਪਾਸੇ ਖੇਡਦੀ ਹੈ ਉਸਦੇ 5 ਨੰਬਰ ਨੇ ਮਾਲਵੇ ਦੀ ਟੀਮ ਦੇ 5 ਨੰਬਰ ਔਰ ਦੁਆਬਾ ਸੰਧੂ ਚੱਠੇ ਦੇ ਜਿਹੜੇ ਪੁਆਇੰਟ ਨੇ 13.5 ਨੰਬਰ ਇਹ ਚੱਲਦੇ ਹੋਏ ਮੈਚ ਦੇ ਜਿਹੜੇ ਸਕੋਰ ਨੇ ਰੋੜਕਾ ਕਲਾਂ ਤੇ ਭਿੰਡਰ ਕਲਾਂ ਦਾ ਇੱਕ ਇੱਕ ਪਲੇਅਰ ਸਾਨੂੰ ਆਣ ਕੇ ਸਟੇਜ ਤੇ ਸੰਪਰਕ ਕਰੇ ਇਹ ਟੀਮ ਰੋੜਕਾ ਕਲਾਂ ਤੇ ਭਿੰਡਰ ਕਲਾਂ ਦੋਨਾਂ ਟੀਮਾਂ ਦਾ ਇੱਕ ਇੱਕ ਖਿਡਾਰੀ ਸਾਡੇ ਨਾਲ ਜਿੱਥੇ ਸਟੇਜ ਤੇ ਆਣ ਕੇ ਸੰਪਰਕ ਕਰੇ ਹੈਲੋ ਹਾਂਜੀ ਪਾਣੀ ਪੁੱਛਦਾ ਕਰ ਦਿਓ ਜਸਵੀਰ ਦੀ ਡਿਊਟੀ ਪਾਣੀ ਦੇ ਉੱਪਰ ਹੈ ਉਹ ਪਾਣੀ ਕਰ ਦੇਵੇ ਪੁੱਛਦਾ ਜਸਵੀਰ ਦੀ ਡਿਊਟੀ ਪਾਣੀ ਦੇ ਉੱਪਰ ਲੱਗੀ ਹੋਈ ਹੈ ਫਿਰ ਕੋਸ਼ਿਸ਼ ਤੇ ਇਧਰਲੇ ਪਾਸੇ ਸਾਡੇ ਬਜ਼ੁਰਗ ਕਿਆ ਸਰਾਈਆਂ ਲਾ ਰਹੇ ਵੀ ਵਧੀਆ ਜੱਫਾ ਲਾ ਕੇ ਨੰਬਰ ਜੋ ਸੰਧੂ ਚੱਠੇ ਦੇ ਵਾਸਤੇ ਜੋੜ ਲਿਆ ਨੌਜਵਾਨ ਨੇ ਹਾਂਜੀ ਇਸ ਤੋਂ ਅਗਲੇ ਜਿਹੜੇ ਮੈਚ ਦੇ ਉਹ ਵੀ ਆਪਾਂ ਅਨਾਊਂਸ ਕਰ ਲਈਏ ਜਿਹੜੇ ਇਸ ਤੋਂ ਅਗਲੇ ਮੈਚ ਨੇ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਬੰਧਕਾਂ ਦੇ ਅੱਗੇ ਸੈਕਿੰਡ ਸਟੇਜ ਦੇ ਉੱਪਰ ਸਾਡੇ ਵੀਰ ਆਪਣੇ ਮਾਈਕ ਤੋਂ ਅਗਲੀਆਂ ਜਿਹੜੀਆਂ ਸਲਾਵਾਂ ਦਿੰਦੇ ਹੋ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਸੋ ਉਹਨਾਂ ਦੇ ਅੱਗੇ ਬੇਨਤੀ ਵੀ ਆਪਾਂ ਅਗਲੀਆਂ ਅਗਲੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਆਵਾਜ਼ ਦੇ ਦਈਏ ਤਾਂ ਜੋ ਕਿ ਖਿਡਾਰੀ ਤਿਆਰ ਹੋ ਜਾਣ ਰੋੜਕਾ ਕਲਾਂ ਭਿੰਡਰ ਕਲਾਂ ਬਈ ਦੋਨੋਂ ਟੀਮਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਆ ਨਹੀਂ ਅਸੀਂ ਦੋਨੋਂ ਟੀਮਾਂ ਘੱਟ ਦੇਣੀਆਂ ਆ ਇੱਕ ਇੱਕ ਪਲੇਅਰ ਆਣ ਕੇ ਸਾਡੇ ਨਾਲ ਸਟੇਜ ਤੇ ਸੰਪਰਕ ਕਰੇ ਸਾਊਂਡ ਉਹ ਤੇਰੀ ਆਵਾਜ਼ ਹੈ ਨਹੀਂ ਇਹਦੀ ਭਾਈ ਥੋੜ੍ਹੀ ਜਿਹੀ ਆਵਾਜ਼ ਵਧਾ ਇਹਦੀ ਜ਼ਰਾ ਭਿੰਡਰ ਕਲਾਂ ਤੇ ਰੋੜਕਾ ਕਲਾਂ ਦੋਨਾਂ ਟੀਮਾਂ ਦਾ ਇੱਕ ਇੱਕ ਪਲੇਅਰ ਸਾਡੇ ਨਾਲ ਇੱਥੇ ਸਟੇਜ ਤੇ ਆਣ ਕੇ ਸੰਪਰਕ ਕਰੇ ਹਾਂਜੀ ਰੁੜਕੇ ਦੀ ਟੀਮ ਜਲਦੀ ਤੋਂ ਜਲਦੀ ਆਵੇ ਰੁੜਕਾ ਗੁਰਾਇਆਂ ਦੇ ਕੋਲ ਕਰਕੇ ਰੁੜਕਾ 17 ਜਿਹੜੀ ਤਰੀਕ ਹੈ ਰੁੜਕੇ ਦੀ ਖੇਡ ਮੇਲੇ ਦੀ ਸਭ ਨੂੰ ਪਿਆਰ ਭਰੇ ਸੱਦੇ ਨੇ ਔਰ 27 ਤਰੀਕ ਨੂੰ ਰੁੜਕੇ ਦੇ ਵਿੱਚ ਵੱਡਾ ਕਬੱਡੀ ਦਾ ਕੱਪ ਹੋਵੇਗਾ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਹੋਵੇਗਾ ਸਭ ਨੂੰ ਪਿਆਰ ਭਰੇ ਸੱਦੇ 10 ਤੇ 11 ਤਰੀਕ ਜਿਹੜੀ ਰੁੜਕੇ ਖੁਰਦ ਦੇ ਖੇਡ ਮੇਲੇ ਦੀ ਹੈ ਨਾਰਥ ਇੰਡੀਆ ਫੈਡਰੇਸ਼ਨ ਦੇ ਮੁਕਾਬਲੇ ਹੋਣਗੇ ਔਰ ਸ਼ਾਮ ਨੂੰ ਯੂਥ ਦੀ ਪਸੰਦ ਨਿੱਜੇ ਦਾ ਖੁੱਲ੍ਹਾ ਅਖਾੜਾ ਹੋਵੇਗਾ ਸਭ ਨੂੰ ਪਿਆਰ ਭਰੇ ਸੱਦੇ ਜਿਹੜੇ ਇਹ ਆਉਣ ਵਾਲੇ ਸਮੇਂ ਦੇ ਮੇਲਿਆਂ ਦੇ ਨੇ ਆਉਣ ਵਾਲੇ ਸਮੇਂ ਦੇ ਜਿਹੜੇ ਕਲਾਕਾਰਾਂ ਦੇ ਵੱਡੇ ਜਿਹੜੇ ਅਖਾੜੇ ਲੱਗਣਗੇ ਸਾਰੇ ਦਰਸ਼ਕ ਵੀਰਾਂ ਨੂੰ ਜਾਣਕਾਰੀ ਦੇ ਦਈਏ ਰਾਜੇ ਦੀ ਕਬੱਡੀ ਦੇ ਉੱਪਰ ਦੂਸਰੇ ਪਾਸੇ ਪੈਂਦੇ ਹੋਏ ਲਫੇੜੇ ਮੈਦਾਨ ਦੇ ਵਿੱਚ ਸੱਜੇ ਖੱਬੇ ਹੁਣ ਗੱਲ ਕੀ ਬਣਦੀ ਆਪਾਂ ਇੰਟਰੇਡਰ ਦਾ ਕਿ ਜਾਫੀ ਦਾ ਨੰਬਰ 22 ਦੇ ਸੇ ਜੁੜਦਾ ਹੋਇਆ ਨੰਬਰ ਸੰਧੂ ਚੱਠੇ ਦੇ ਵਾਸਤੇ ਇੱਕ ਹੋਰ ਨੰਬਰ ਹਾਂਜੀ ਰੁੜਕੇ ਦੀ ਟੀਮ ਚੱਲਦੀ ਆਵੇ ਰੁੜਕਾ ਰੁੜਕਾ ਪਿੰਡ ਪੱਧਰ ਉੱਪਰ ਔਰ ਸਾਡੇ ਸਤਿਕਾਰਯੋਗ ਅਮਰਜੀਤ ਜੀ ਸੁੱਖੇ ਜੀ ਉਹਨਾਂ ਦਾ ਧੰਨਵਾਦ ਹੈ ਜਿਹੜੇ ਆਪਣੇ ਮਾਈਕ ਤੋਂ ਸਲਾਮਾਂ ਦੇ ਰਹੇ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਵੀ ਆਪਾਂ ਫਿਰ ਤੋਂ ਇੱਕ ਵਾਰੀ ਰੁੜਕੇ ਨੂੰ ਬੇਨਤੀ ਕਰਨ ਦੀ ਹੈ ਵੀ ਖਿਡਾਰੀ ਤਿਆਰ ਹੋ ਕੇ ਆ ਜਾਣਾ ਮੈਚ ਜਿਹੜਾ ਬਿਲਕੁਲ ਆਖਰੀ ਪਲ ਦੇ ਉੱਪਰ ਖੇਡਿਆ ਜਾ ਰਿਹਾ ਸਾਡੇ ਅਮਰਜੀਤ ਜੀ ਉਹਨਾਂ ਦੇ ਹਵਾਲੇ ਜਿਹੜਾ ਮਾਈਕ ਹੋਵੇਗਾ ਉਹ ਖਿਡਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਭੈਣੀ ਸਾਹਿਬ ਵਰਸੇ ਪਰਮਜੀਤਪੁਰਾ ਬਈ ਮੈਚ ਦਾ ਹਾਫ ਸਮਾਂ ਜਿਹੜਾ ਉਹ ਖਤਮ ਹੋ ਚੁੱਕਾ ਆ
ਤੇ ਜਲਦੀ ਤੋਂ ਜਲਦੀ ਦੋਨੋਂ ਟੀਮਾਂ ਗਰਾਊਂਡ ਵਿੱਚ ਪ੍ਰਵੇਸ਼ ਕਰ ਜਾਣ। ਸਮੇਂ ਨੂੰ ਮੁੱਖ ਰੱਖੋ, ਟੀਮਾਂ ਬਹੁਤ ਜ਼ਿਆਦਾ ਆ ਇਹ ਟੀਮ ਦੀਆਂ। ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਾ, ਜਲਦੀ ਤੋਂ ਜਲਦੀ ਜਿਹੜੀ ਵੀ ਟੀਮ ਦਾ ਨਾਮ ਬੋਲਦੇ ਆ ਉਹ ਗਰਾਊਂਡ ਵਿੱਚ ਕੱਪੜੇ ਲਾ ਕੇ ਪਹੁੰਚ ਜਾਣ। ਬਈ ਜਿਹੜੀ ਟੀਮ ਦਾ ਨਾਮ ਅਨਾਊਂਸ ਕੀਤਾ ਜਾ ਰਿਹਾ ਉਹ ਖਿਡਾਰੀ ਜਿਹੜੇ ਬਿਲਕੁਲ ਤਿਆਰ ਹੋ ਕੇ ਸਾਡਾ ਸਹਿਯੋਗ ਦੇਣ। ਭੈਣੀ ਸਾਹਿਬ ਦੀ ਟੀਮ ਦੇ ਖਿਡਾਰੀਆਂ ਦੇ ਅੱਗੇ ਬੇਨਤੀ ਵੀ ਜਲਦੀ ਤੋਂ ਜਲਦੀ ਆ ਜੋ। ਹਾਂਜੀ, ਰੁੜਕੇ ਦਾ ਮੈਚ ਕਿਹਦੇ ਨਾਲ ਸੀ ਸਾਡੇ ਅਮਰਜੀਤ ਜੀ? ਰੁੜਕੇ ਦਾ ਮੁਕਾਬਲਾ ਕਿਹੜੀ ਟੀਮ ਦੇ ਨਾਲ ਖੇਡਿਆ ਜਾਵੇਗਾ? ਤੁਸੀਂ ਇੱਕ ਵਾਰੀ ਆਪਣੇ ਮਾਈਕ ਤੋਂ ਅਗਲੇ ਦਿਸ਼ਾ ਨਿਰਦੇਸ਼ ਜਾਰੀ ਕਰੋ। ਸਾਡੇ ਸਤਨਾਮ ਉਹਨਾਂ ਦਾ ਧੰਨਵਾਦ ਹੈ ਜਿਹੜੇ ਰੈਫਰੀ ਕਰ ਰਹੇ ਨੇ, ਸਾਡੇ ਜਸਪਾਲ ਸਿੰਘ ਜੀ ਰਾਣਾ ਬਨਵਾਲੀਪੁਰ ਔਰ ਉਹਨਾਂ ਦੇ ਨਾਲ ਸਾਡੇ ਪੰਡਿਤ ਜੀ ਸਿੰਘ ਵਾਦੂਨਾ ਵਾਲੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਕੀਤਾ ਜਾ ਰਿਹਾ, ਜੀਆਂ ਨੂੰ ਆਖਿਆ ਜਾ ਰਿਹਾ ਸਮੁੱਚੇ ਕਲੱਬ ਦੇ ਵੱਲੋਂ। ਚੱਲ ਵੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਧਰਮ ਕੋਟੀ ਹੈ ਬਿਲਕੁਲ ਤਿਆਰ ਬਰ ਤਿਆਰ, ਹਲਕੇ ਹਲਕੇ ਕਦਮਾਂ ਦੇ ਨਾਲ ਵਧਿਆ ਹੋਇਆ ਔਰ ਅੱਗੇ ਨੂੰ ਵੱਧ ਕੇ ਕਬੱਡੀ ਪਾਉਣ ਦਾ ਅੰਦਾਜ਼ ਵੱਖਰਾ, ਦੂਸਰੇ ਪਾਸੇ ਦੋ ਨੰਬਰ ਤੋਂ ਵੱਧ ਕੇ ਕੋਸ਼ਿਸ਼ ਕੀਤੀ ਹੋਈ ਹੈ ਤੇ ਪੁਆਇੰਟ ਧਰਮਕੋਟ ਦੀ ਟੀਮ ਦੇ ਹਿੱਸੇ ਇੱਕ ਹੋਰ ਨੰਬਰ। ਔਰ ਅੱਜ ਸਾਡੇ ਸਤਿਕਾਰਯੋਗ ਗੁਰਵਿੰਦਰ ਹੋਣੀ ਜਾਣਕਾਰੀ ਦੇ ਰਹੇ ਨੇ ਵੀ ਲੱਲੀਆਂ ਵਾਲੇ ਪੰਮੇ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਉਹਨਾਂ ਦੇ ਵੱਲੋਂ, ਕਿਉਂਕਿ ਪੱਕੇ ਤੌਰ ਤੇ ਕਦੀ ਚਿੱਟੀ ਦੀ ਟੀਮ ਦੇ ਵਾਸਤੇ ਕਦੇ ਨਵੇਂ ਸ਼ਹਿਰ ਬੰਗਿਆਂ ਦੇ ਵਾਸਤੇ ਇਹ ਜਿਹੜੇ ਖਿਡਾਰੀ ਖੇਡਦੇ ਨੇ ਉਹਨਾਂ ਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਅੱਜ ਕੀਤਾ ਜਾਵੇਗਾ। ਸੋ ਵੱਡੇ ਮਾਣ ਵਾਲੀ ਗੱਲ ਹੈ ਇਹਨਾਂ ਸਾਰੇ ਕਬੱਡੀ ਖਿਡਾਰੀਆਂ ਦੇ ਜਿਹੜੇ ਸਨਮਾਨ ਕੀਤੇ ਜਾਣਗੇ ਵਿਸ਼ੇ ਤੌਰ ਤੇ ਸਾਡੇ ਪ੍ਰਬੰਧਕਾਂ ਦੇ ਵੱਲੋਂ, ਸਾਡੇ ਗੁਰਵਿੰਦਰ ਹੋਣਾਂ ਦੇ ਵੱਲੋਂ, ਸਾਡੇ ਪਾਲੇ ਹੋਣਾਂ ਦੇ ਵੱਲੋਂ, ਇਹਨਾਂ ਸਾਰੇ ਵੀਰਾਂ ਦਾ ਧੰਨਵਾਦ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਉਹਦੇ ਫੇਰ ਬਿਲਕੁਲ ਤਿਆਰ ਬਰ ਤਿਆਰ ਕਿ ਡੌਲਿਆਂ ਤੇ ਮੋਰ ਸ਼ੇਰ ਵੱਟਦੇ ਨੇ ਘੂਰੀਆਂ, ਜਿਹਨਾਂ ਪੀਤਾ ਮਾਂ ਦਾ ਦੁੱਧ ਨਾਲੇ ਚੁੰਗੀਆਂ ਨੇ ਬੂਰੀਆਂ, ਕਿ ਉਹੀ ਅੱਜ ਪਾਉਣਗੇ ਮੈਦਾਨ ਵਿੱਚ ਬੂਰੀਆਂ ਤੇ ਪੁਆਇੰਟ। ਬਡਾਲਾ ਮੰਜ ਕੀ, ਬਡਾਲਾ ਮੰਜ ਕੀ ਦਾ ਇੱਕ ਪਲੇਅਰ ਜਿੱਥੇ ਵੀ ਸਾਡੀ ਆਵਾਜ਼ ਸੁਣਦਾ ਹੋਵੇ ਇੱਥੇ ਸਟੇਜ ਤੇ ਪਹੁੰਚੇ। ਵਡਾਲਾ ਮੰਜਕੀ ਦੀ ਟੀਮ ਜਿਹੜੀ ਬਿਲਕੁਲ ਤਿਆਰ ਬਰ ਤਿਆਰ ਰਵੇ, ਵਡਾਲਾ ਮੰਜਕੀ ਦੀ ਟੀਮ। ਰੁੜਕੇ ਦੀ ਟੀਮ ਪੁੱਜ ਗਿਆ ਜੀ, ਵਿਰੋਧੀ ਟੀਮ ਦਾ ਤੁਸੀਂ ਇੱਕ ਵਾਰੀ ਨਾਮ ਅਨਾਊਂਸ ਕਰਿਓ। ਵਧੀਆ ਮੁਕਾਬਲਾ ਖੇਡਿਆ ਜਾਵੇਗਾ, ਇਸ ਤੋਂ ਬਾਅਦ ਅਗਲੇ ਮੈਚ ਜਿਹੜੇ ਬੜੇ ਚੋਟੀ ਦੇ ਹੋਣਗੇ। ਖਿਡਾਰੀ ਬਿਲਕੁਲ ਤਿਆਰ ਬਰ ਤਿਆਰ ਨੇ ਔਰ ਆਪਾਂ ਜਿਹੜੇ ਨਾਲ ਦੀ ਨਾਲ ਖਿਡਾਰੀਆਂ ਦੇ ਅੱਗੇ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਜਿਹੜੀਆਂ ਟੀਮਾਂ ਨੂੰ ਅਸੀਂ ਅਨਾਊਂਸ ਕਰਦੇ ਹਾਂ ਉਹ ਖਿਡਾਰੀ ਬਿਲਕੁਲ ਤਿਆਰ ਹੋ ਕੇ ਸਾਡਾ ਸਹਿਯੋਗ ਦੇਣ, ਕਿਉਂਕਿ ਸਮਾਂ ਘੱਟ ਹੈ ਔਰ ਟੀਮਾਂ ਜਿਹੜੀਆਂ ਪਿੰਡ ਪੱਧਰ ਓਪਨ ਦੀਆਂ ਬਹੁਤ ਦੂਰੋਂ ਦੂਰੋਂ ਪੁੱਜੀਆਂ ਨੇ। ਬੜੇ ਉੱਚ ਕੋਟੀ ਦੇ ਮੁਕਾਬਲੇ ਅਸਾਂ ਨੂੰ ਦੇਖਣ ਨੂੰ ਮਿਲਣਗੇ ਔਰ ਇਹਨਾਂ ਸਾਰੇ ਖਿਡਾਰੀਆਂ ਦੇ ਅੱਗੇ ਇੱਕੋ ਹੀ ਬੇਨਤੀ ਹੈ ਵੀ ਜਿਸ ਤਰ੍ਹਾਂ ਮੈਂ ਟੀਮ ਨੂੰ ਆਵਾਜ਼ ਦਿਆਂਗਾ ਜਾਂ ਸਾਡੇ ਅਮਰਜੀਤ ਜੀ ਜਿਸ ਤਰ੍ਹਾਂ ਟੀਮਾਂ ਨੂੰ ਆਵਾਜ਼ ਦੇਣਗੇ, ਖਿਡਾਰੀ ਜਿਹੜੇ ਤਿਆਰ ਹੋ ਕੇ ਸਾਡਾ ਸਹਿਯੋਗ ਦੇਣ ਦੀ ਕੋਸ਼ਿਸ਼ ਕਰਨ ਔਰ ਜਿਹੜੇ ਬਾਕਸ ਬਣੇ ਨੇ ਆਪਾਂ ਇਹਨਾਂ ਬਾਕਸਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਸੋ ਇਹ ਜਿਹੜੇ ਸਾਰੇ ਖਿਡਾਰੀਆਂ ਦੇ ਅੱਗੇ ਦਿਸ਼ਾ ਨਿਰਦੇਸ਼ ਜਾਰੀ ਨੇ, ਆਪਾਂ ਸਾਰੇ ਕਾਨੂੰਨਾਂ ਨੂੰ ਸਾਰੇ ਰੂਲਸ ਨੂੰ ਫਾਲੋ ਕਰਾਂਗੇ ਔਰ ਸਾਰੀ ਦਿਹਾੜੀ ਇਸੇ ਤਰ੍ਹਾਂ ਇਹਨਾਂ ਮੈਚਾਂ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਾਂਗੇ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ਰਨ ਸੰਧੂ ਚੱਠੀ ਹੈ ਫੇਰ ਵਧਿਆ ਹੋਇਆ, ਵੱਧ ਕੇ ਕਬੱਡੀ ਪਈ ਹੋਇਆ ਦੂਸਰੇ ਪਾਸੇ ਪੁੱਠੀ ਕਿੰਚੀ, ਲੇਕਿਨ ਪੁਆਇੰਟ ਰੇਡਰ ਦੇ ਵਾਸਤੇ ਇਸੇ ਦੇ ਨਾਲ ਜਿੱਤਾਰਾਂ ਦੇ ਫੈਸਲੇ ਸਾਡੇ ਵੀਰ ਦੀ ਦੇਖਦੇ ਵੀ ਕਲਮ ਕੀ ਦੱਸਦੀ ਹੈ ਕਿੰਨੇ ਨੰਬਰਾਂ ਦੇ ਕਿਹੜੀ ਟੀਮ ਜੇਤੂ। ਹਾਂਜੀ ਅਮਰਜੀਤ ਜੀ ਨੋਟ ਕਰਿਓ, ਧਮਕੋੜ ਦੇ 11 ਨੰਬਰ ਤੇ ਸੰਧੂ ਝੱਠੇ ਦੇ ਨੰਬਰ ਨੇ 22 ਪੁਆਇੰਟ, ਸਾਡੇ 22 ਪੁਆਇੰਟ ਸੰਧੂ ਝੱਠੇ ਦੇ, ਸਾਡੇ ਸੁੱਖੀ ਹੋਣੀ ਨੋਟ ਕਰਨਗੇ ਵੀ ਸਾਡੇ 22 ਪੁਆਇੰਟ ਸੰਧੂ ਝੱਠੇ ਦੇ ਔਰ ਧਰਮਕੋਟ ਦੇ ਪੁਆਇੰਟ ਜਿਹੜੇ 11 ਰਹੇ ਨੇ। ਹਾਂਜੀ ਭੈਣੀ ਸਾਹਿਬ ਦੀ ਟੀਮ ਜਲਦੀ ਤੋਂ ਜਲਦੀ ਆਵੇ, ਭੈਣੀ ਸਾਹਿਬ ਦੀ ਪਰਮਜੀਤਪੁਰ ਦੀ ਟੀਮ ਪੁੱਜ ਗਈ ਹੈ ਸਾਡੇ ਕੋਲ ਪਿੰਡ ਪੱਧਰ ਓਪਨ ਦੀ। ਮੈਂ ਭੈਣੀ ਸਾਹਿਬ ਦੇ ਖਿਡਾਰੀਆਂ ਦੇ ਅੱਗੇ ਬੇਨਤੀ ਕਰਾਂਗਾ ਵੀ ਜਲਦੀ ਤੋਂ ਜਲਦੀ ਆਵੇ ਭੈਣੀ ਸਾਹਿਬ ਦੀ ਟੀਮ। ਸੰਧੂ ਚੱਠਾ ਜੇਤੂ ਹੈ ਜੀ ਪਿਛਲੇ ਮੈਚ ਦੀ, ਨੋਟ ਕਰਿਓ। ਹਾਂਜੀ ਪਿਛਲੇ ਮੈਚ ਦੇ ਵਿੱਚ ਸੰਧੂ ਚੱਠਾ ਜੇਤੂ ਰਹੀ ਹੈ, ਨਾਲੇ ਸਾਡੇ ਸਾਹਿਬ ਦਾ ਵੀਰ ਦੀ ਬੇਨਤੀ ਹੈ ਵੀ ਆਪਾਂ ਸੰਧੂ ਚੱਠਾ ਪਿੰਡ ਪੱਧਰ ਓਪਨ ਦੀ ਟੀਮ ਵੀ ਜਿਹੜੀ ਐਂਟਰ ਕਰਾਂਗੇ। ਸਾਡੇ ਅਮਰਜੀਤ ਉਹਨਾਂ ਦੇ ਅੱਗੇ, ਸਾਡੇ ਸੁੱਖੀ ਉਹਨਾਂ ਦੇ ਅੱਗੇ ਬੇਨਤੀ ਹੈ ਵੀ ਆਪਾਂ ਐਂਟਰੀ ਕਰ ਲਈਏ ਪਿੰਡ ਪੱਧਰ ਓਪਨ ਸੰਧੂ ਚੱਠੇ ਦੀ ਟੀਮ, ਉਹ ਵੀ ਖਿਡਾਰੀ ਸਾਡੇ ਕੋਲ ਪੁੱਜ ਗਏ ਨੇ। ਆ ਜਿਹੜੀ ਮੈਚ ਹੋਇਆ ਕਿਹੜਾ ਜੇਤੂ ਹੋਈ ਟੀਮ? ਸੰਧੂ ਚੱਠਾ ਪਿਛਲੇ ਮੈਚ ਦੇ ਵਿੱਚ ਜੇਤੂ ਸੀ, ਪਰਮਜੀਤਪੁਰ ਦੀ ਟੀਮ ਆ ਗਈ ਹੈ। ਵਿਰੋਧੀ ਟੀਮ ਨੂੰ ਆਵਾਜ਼ ਦਿਓ ਜੀ, ਸਾਡੇ ਸਤਿਕਾਰਯੋਗ ਅਮਰਜੀਤ ਹੋਣਾਂ ਦਾ, ਸਾਡੇ ਸੁੱਖੀ ਉਹਨਾਂ ਦਾ, ਸਾਰਿਆਂ ਦਾ ਧੰਨਵਾਦ ਹੈ।
और आप आवाज दईए परमजीतपुर की टीम आ गई है, विरोधी टीम हले नहीं पुजी, लास्ट एक या दो मिनट। ਭੈਣੀ ਸਾਹਿਬ ਕਿਤੇ ਕੱਪੜੇ ਲਾਉਂਦੇ ਨਜ਼ਰ ਆਉਂਦੇ ਕਿ ਨਹੀਂ ਭੈਣੀ ਸਾਹਿਬ ਵਾਲੇ ਵੀਰ ਜੀ ਗਰਾਊਂਡ ਖਾਲੀ ਆ ਆ ਜਾਓ ਜਲਦੀ ਪਰਮਜੀਤਪੁਰਾ ਦੀ ਟੀਮ ਗਰਾਊਂਡ ਵਿੱਚ ਪਹੁੰਚੀ ਹੋਈ ਆ ਜਿਹੜੀ ਵੀ ਟੀਮ ਦਾ ਅਸੀਂ ਨਾਂ ਬੋਲਦੇ ਹਾਂ ਵੱਧ ਤੋਂ ਵੱਧ ਪੰਜ ਮਿੰਟ ਸਮਾਂ ਲਓ ਵੀਰ ਜੀ ਗਰਾਊਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ठीक है जी बिल्कुल गल सच है अमरजीत जी साडे कोल एक लिस्ट पुजदी कर दिओ जां फिर तुसीं पूरा खिच के टीमां नूं आवाज दिओ खिडारी पुज नहीं रहे जल्दी तो जल्दी टीम पुजे ये लास्ट बेनती है तुसीं नहीं तां टीमां कढ दिओ क्योंकि टीमां बहुत ने लोग जिहड़े मैचां देखण मैच देखण दे वास्ते पुजे ने सारे जिहड़े खिडारी ने साडे दर्शक ने इन्हां खिडारियां दे वास्ते पुजे ने ग्राउंड खाली हुंदी है एक टीम आई हुंदी है दूजी नहीं आई हुंदी ਤਾਂ ਦਰਸ਼ਕ ਜਿਹੜੇ ਵਿਚਾਰੇ ਇਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਅਸੀਂ ਇਹਨਾਂ ਦਾ ਖਿਆਲ ਕਰੀਏ ਭੈਣੀ ਸਾਹਿਬ ਦੀ ਟੀਮ ਦੇ ਅੱਗੇ ਇਹ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਵੇ ਭੈਣੀ ਸਾਹਿਬ ਔਰ ਨਾਲ ਦੀ ਨਾਲ ਆਪਾਂ ਅਗਲੀਆਂ ਟੀਮਾਂ ਵੀ ਅਨਾਊਂਸ ਕਰਦੀਆਂ ਜਿਹੜੇ ਖਿਡਾਰੀ ਬਿਲਕੁਲ ਤਿਆਰ ਰਹਿਣ ਅਗਲੇ ਮੈਚਾਂ ਦੇ ਵਾਸਤੇ ਸਾਡੇ ਪ੍ਰਧਾਨ ਸਾਹਿਬਾਂ ਦਾ ਧੰਨਵਾਦ ਹੈ ਉਹਨਾਂ ਦੇ ਵੱਲੋਂ ਸਖ਼ਤ ਬੇਨਤੀ ਹੈ ਵੀ ਦੋ ਮਿੰਟ ਦਾ ਸਮਾਂ ਵੱਧ ਤੋਂ ਵੱਧ ਟੀਮ ਨੂੰ ਦਿੱਤਾ ਜਾਵੇਗਾ ਦੋ ਮਿੰਟ ਤੋਂ ਬਾਅਦ ਅਸੀਂ ਟੀਮ ਕੱਟ ਦੇਣੀ ਆ ਬਾਅਦ ਦੇ ਵਿੱਚ ਉਹ ਟੀਮ ਚਾਹੇ ਜਿੱਡੇ ਮਰਜ਼ੀ ਸਟਾਰ ਖਿਡਾਰੀ ਲੈ ਕੇ ਪੁੱਜੇ ਚਾਹੇ ਜੂਨੀਅਰ ਖਿਡਾਰੀ ਲੈ ਕੇ ਪੁੱਜੇ ਦੋ ਮਿੰਟ ਦਾ ਸਮਾਂ ਆਵੇਗਾ ਦੋ ਮਿੰਟ ਤੋਂ ਬਾਅਦ ਅਸੀਂ ਟੀਮ ਕੱਟ ਦੇਣੀ ਆ ਬਾਅਦ ਦੇ ਵਿੱਚ ਕਿਸੇ ਦੀ ਵੀ ਸਿਫਾਰਿਸ਼ ਜਿਹੜੀ ਆ ਉਹ ਨਹੀਂ ਚੱਲਣੀ ਇਸ ਬੇਨਤੀ ਨੂੰ ਧਿਆਨ ਦੇ ਵਿੱਚ ਰੱਖਿਓ ਸਾਡੇ ਖਿਡਾਰੀ ਵੀ ਦੋ ਮਿੰਟ ਦਾ ਸਮਾਂ ਦੇਵਾਂਗੇ ਦੋ ਮਿੰਟ ਤੋਂ ਬਾਅਦ ਜਿਹੜੀ ਲੀਕ ਫੇਰ ਦੇਣੀ ਆ ਉਸ ਟੀਮ ਦੇ ਨਾਮ ਦੇ ਉੱਪਰ ਸਾਡੇ ਅਮਰਜੀਤ ਉਹਨਾਂ ਦੇ ਉੱਪਰ ਇਹ ਡਿਊਟੀ ਆ ਸਾਡੇ ਸੁੱਖੇ ਉਹਨਾਂ ਦੇ ਉੱਪਰ ਔਰ ਇਸ ਗੱਲ ਨੂੰ ਆਪਾਂ ਨੋਟ ਕਰੀਏ ਹਾਂਜੀ ਅਗਲੀਆਂ ਟੀਮਾਂ ਵੀ ਅਨਾਊਂਸ ਕਰ ਦਿਓ ਜੀ ਨਾਲ ਹੀ ਬਈ ਰੋੜਕਾ ਕਲਾਂ ਨੂੰ ਬੇਨਤੀ ਕੀਤੀ ਸੀ ਕਿ ਇੱਕ ਪਲੇਅਰ ਸਾਨੂੰ ਆਣ ਕੇ ਸਟੇਜ ਤੇ ਸੰਪਰਕ ਕਰੇ ਬਡਾਲਾ ਮੰਜਕੀ ਦਾ ਵੀ ਇੱਕ ਪਲੇਅਰ ਸਾਡੇ ਨਾਲ ਕੇ ਸਟੇਜ ਤੇ ਆਣ ਕੇ ਸੰਪਰਕ ਕਰੇ ਕਿਉਂਕਿ ਤਾਜੇ ਦੇ ਫੈਨ ਵੀ ਪੁੱਜੇ ਨੇ ਔਰ ਤਾਜੇ ਦੇ ਨਾਮ ਦੇ ਉੱਪਰ 10 ਰੁਪਏ ਦੇ ਰਹੇ ਨੇ ਧੰਨਵਾਦ ਜੀ ਇਹਨਾਂ ਦਾ ਹਾਂਜੀ ਸੁੱਖੇ ਭਾਜੀ ਜਲਦੀ ਤੋਂ ਜਲਦੀ ਟੀਮਾਂ ਸੱਦ ਦਿਓ ਕਿਉਂਕਿ ਸਾਡੇ ਦਰਸ਼ਕ ਜਿਹੜੇ ਉਹ ਬਿਲਕੁਲ ਫਰੀ ਬੈਠੇ ਨੇ ਇਹਨਾਂ ਮੈਚਾਂ ਦੇ ਵਾਸਤੇ ਸੋ ਸਾਰੇ ਜਿਹੜੇ ਆਪੋ ਆਪਣੇ ਘਰਾਂ ਤੋਂ ਜ਼ਰੂਰੀ ਕੰਮ ਛੱਡ ਕੇ ਇਸ ਖੇਡ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹੋ ਹੀ ਬੇਨਤੀ ਹੈ ਜੀ ਸਾਰਿਆਂ ਦੇ ਅੱਗੇ ਵੀ ਆਪਾਂ ਇਹਨਾਂ ਵਿਚਾਰੇ ਦਰਸ਼ਕਾਂ ਦਾ ਜਿਹੜਾ ਖਿਆਲ ਰੱਖੀਏ
ਭੈਣੀ ਸਾਹਿਬ ਦੀ ਟੀਮ ਜਲਦੀ ਤੋਂ ਜਲਦੀ ਆਵੇ, ਉਸ ਤੋਂ ਬਾਅਦ ਅਗਲੀਆਂ ਟੀਮਾਂ ਜਿਹੜੀਆਂ 2 ਤੋਂ 4 ਨਾਉਂਸ ਤੁਸੀਂ ਨਾਲ ਦੀ ਨਾਲ ਕਰੀ ਜਾਇਓ ਤਾਂ ਜੋ ਕਿ ਖਿਡਾਰੀ ਤਿਆਰ ਹੋ ਕੇ ਬਾਕਸ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਨ। ਭੈਣੀ ਸਾਹਿਬ ਦੀ ਟੀਮ ਗਰਾਊਂਡ 'ਚ ਨਹੀਂ ਪਹੁੰਚੀ ਹੈ, ਟੀਮ ਘੱਟਦੀ ਆ, ਇਹਨਾਂ ਨੂੰ ਰੋਕ ਲਓ ਉੱਥੇ, ਅਗਲੀ ਟੀਮ ਨਾਲ ਮੈਚ ਕਰਾ ਦਿਆਂਗੇ, ਬਾਕ ਓਵਰ ਨਹੀਂ ਦੇਣਾ। ਹਾਂਜੀ, ਭੈਣੀ ਸਾਹਿਬ ਦੇ ਪਰਮਜੀਤਪੁਰ, ਵਧੀਆ ਮੁਕਾਬਲਾ ਦੋਵਾਂ ਟੀਮਾਂ ਦੇ ਵਿਚਕਾਰ, ਖਿਡਾਰੀ ਬਿਲਕੁਲ ਤਿਆਰ ਨੇ। ਹਾਂਜੀ, ਇਸ ਤੋਂ ਅਗਲੀਆਂ ਟੀਮਾਂ ਕਿਹੜੀਆਂ ਜੀ? ਸੁੱਖੇ ਭਾਜੀ, ਇਸ ਤੋਂ ਅਗਲੀਆਂ ਟੀਮਾਂ ਵੀ ਅਨਾਊਂਸ ਕਰ ਦਿਓ ਨਾਲ ਦੀ ਨਾਲ। ਇਸ ਤੋਂ ਅਗਲੀਆਂ ਟੀਮਾਂ ਰੋੜਕਾ ਕਲਾਂ ਦਾ ਕੋਈ ਪਲੇਅਰ ਸਾਡੇ ਕੋਲ ਨਹੀਂ ਪਹੁੰਚਿਆ ਸੀ, ਇਹ ਵੀ ਟੀਮ ਘੱਟਦੀ ਆ। ਰੋੜਕਾ ਕਲਾਂ ਹੁਣ ਨਾ ਹੀ ਹੁਣ ਰੁੜਕਾ ਕਲਾਂ ਦੀ ਟੀਮ ਜੇ ਕਿਤੇ ਪੁੱਜੀ ਆ, ਜਲਦੀ ਆਵੇ ਰੁੜਕਾ ਕਲਾਂ। ਚਮਿਆਰਾ ਚਮਿਆਰੇ ਦਾ ਕੋਈ ਪਲੇਅਰ ਆਵਾਜ਼ ਸੁਣਦਾ ਹੋਵੇ ਸਟੇਜ ਤੇ ਆ ਕੇ ਸੰਪਰਕ ਕਰੇ। ਅਸੀਂ ਟੀਮਾਂ ਦੇ ਨਾਂ ਅਨਾਊਂਸ ਕਰ ਰਹੇ ਹਾਂ, ਕੋਈ ਵੀ ਪਲੇਅਰ ਸਾਡੀ ਆਵਾਜ਼ ਸੁਣਦਾ ਹੋਵੇ ਸਟੇਜ ਤੇ ਆ ਕੇ ਸੰਪਰਕ ਕਰ ਦੇਵੇ। ਜਿਹੜਾ ਪਲੇਅਰ ਸਾਡੇ ਕੋਲ ਨਾ ਪਹੁੰਚਿਆ ਸੀ ਉਹ ਟੀਮ ਕੱਢ ਦੇਣੀ ਆ। ਬਾਅਦ ਚ ਨਾ ਕਿ ਅਸੀਂ ਕੱਪੜੇ ਲਾਉਂਦੇ ਸੀ ਜਾਂ ਬਾਹਰ ਖੜੇ ਹੱਥ ਖੜੇ ਕਰਦੇ ਸੀ। ਸੋ ਬੇਨਤੀ ਆ, ਕੋਈ ਵੀ ਪਲੇਅਰ ਜਿਹਨੂੰ ਅਨਾਊਂਸ ਕਰਦੇ ਹਾਂ ਸਾਨੂੰ ਸਟੇਜ ਤੇ ਆ ਕੇ ਸੰਪਰਕ ਕਰ ਲਵੇ, ਨਹੀਂ ਤਾਂ ਅਸੀਂ ਉਹ ਟੀਮ ਕੱਟ ਦੇਣੀ ਆ। ਵਾਰ ਵਾਰ ਮਿਹਨਤਾਂ ਨਹੀਂ ਕਰਨੀਆਂ, ਤਾਂ ਅਸੀਂ ਬਹੁਤ ਵਾਰ ਅਨਾਊਂਸ ਕਰ ਚੁੱਕੇ ਹਾਂ, ਹੁਣ ਸਾਡਾ ਪੈਨ ਨਹੀਂ ਚੱਲਣਾ। ਕਲੀਹਾ ਦਾ ਪਲੇਅਰ ਸਟੇਜ ਤੇ ਆ ਕੇ ਸੰਪਰਕ ਕਰੇ। ਕਲੀਹਾ ਹਾਂਜੀ, ਚਾਚੋਵਾਲ ਦਾ ਇੱਕ ਖਿਡਾਰੀ ਸਟੇਜ ਦੇ ਉੱਪਰ ਸੰਪਰਕ ਕਰੇ ਜੀ ਆ ਕੇ, ਚਾਚੋਵਾਲ ਟੀਮ ਦਾ ਇੱਕ ਪਲੇਅਰ ਆ ਕੇ ਸਾਡੇ ਨਾਲ ਸੰਪਰਕ ਕਰੇ, ਇਹ ਬੇਨਤੀ ਹੈ ਚਾਚੋਵਾਲ ਦੇ ਖਿਡਾਰੀਆਂ ਦੇ ਅੱਗੇ, ਸਾਡੇ ਗੋਲਡੀ ਹੋਣਾ ਦੇ ਅੱਗੇ, ਸਾਡੇ ਪ੍ਰਭ ਹੋਣਾ ਦੇ ਅੱਗੇ, ਵੀ ਜੇਕਰ ਉਹਨਾਂ ਦਾ ਇੱਕ ਪਲੇਅਰ ਪੁੱਜਿਆ ਤਾਂ ਉਹ ਜਲਦੀ ਤੋਂ ਜਲਦੀ ਸਟੇਜ ਦੇ ਉੱਪਰ ਸੰਪਰਕ ਕਰੇ, ਅਸੀਂ ਮੈਚ ਜਿਹੜਾ ਪਾਵਾਂਗੇ। ਫਿਰ ਖਿਡਾਰੀ ਜਿਹੜੇ ਆਉਣਗੇ ਸਾਡੇ ਕੋਲ ਕੋਸ਼ਿਸ਼ ਕਰਨਗੇ ਆਉਣਗੇ। ਔਰ ਗੱਲ ਕਰੀਏ ਇਸ ਮੈਚ ਦੀ, ਮੇਰੇ ਤੋਂ ਸੱਜੇ ਪਾਸੇ ਭੈਣੀ ਸਾਹਿਬ ਦੀ ਟੀਮ ਹੈ, ਮੇਰੇ ਤੋਂ ਖੱਬੇ ਪਾਸੇ ਮੇਨ ਸਟੇਜ ਵਾਲੇ ਪਾਸੇ ਪਰਮਜੀਤਪੁਰ ਦੀ ਜਿਹੜੀ ਟੀਮ ਖੇਡਣ ਜਾ ਰਹੀ ਹੈ। ਔਰ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਬਿਲਕੁਲ ਤਿਆਰ ਬਰ ਤਿਆਰ। ਗੁਰਵਿੰਦਰ ਮੈਦਾਨ ਦੇ ਅੰਦਰ ਮਦਰੇ ਦੇ ਕੱਦ ਵਾਲਾ ਇਸ ਸਮੇਂ ਧਰਤੀ ਮਾਂ ਨੂੰ ਟੇਕ ਕੇ ਮੱਥਾ ਵਧਣ ਦੀ ਕੋਸ਼ਿਸ਼ ਕਰੇਗਾ ਤੇ ਸਾਹਮਣੇ 4 ਖਿਡਾਰੀ ਬਿਲਕੁਲ ਤਿਆਰ ਨੇ। ਹਾਂਜੀ, ਇਸ ਤੋਂ ਅਗਲੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਨਾਲ ਦੀ ਨਾਲ ਅਨਾਊਂਸ ਕਰ ਦਿਓ ਤਾਂ ਜੋ ਕਿ ਖਿਡਾਰੀ ਇਸੇ ਤਰ੍ਹਾਂ ਜੁੜੇ ਰਹਿਣ। ਕ੍ਰੀਹਾ ਏ ਟੀਮ ਓਪਨ ਦਾ ਕੋਈ ਪਲੇਅਰ ਆਵਾਜ਼ ਸੁਣਦਾ ਹੋਵੇ ਸਟੇਜ ਤੇ ਆ ਕੇ ਸੰਪਰਕ ਕਰੇ। ਕ੍ਰੀਹਾ, ਚਾਚੋਵਾਲ, ਰੁੜਕਾ, ਚਮਿਆਰਾ, ਸਤਨਾਮ, ਪਰਮਜੀਤ ਦਾ ਲੜਕਾ ਸਤਨਾਮ। ਭਾਜੀ ਬੱਸ ਰੋਕਿਓ, ਇੱਥੇ ਆਉਂਦਾ, ਇੱਥੋਂ ਕੰਧ ਉੱਪਰ ਦੀ ਬੰਦੇ ਨੂੰ ਫੜਾ ਦਿਓ ਸਮਾਨ। ਲਓ ਉਧਲੇ ਪਾਸੇ ਪੰਮੇ ਦੀ ਕਬੱਡੀ ਤੇ ਪੁਆਇੰਟ। ਇਸ ਨੌਜਵਾਨ ਦਾ ਬੱਗਾ ਪਿੰਡ ਹੈ ਜਿੱਥੋਂ ਦੇ ਮੰਗੀ ਵਰਗੇ, ਜਿੱਥੋਂ ਦੇ ਦੁੱਲੇ ਵਰਗਿਆਂ ਦਾ ਨਾਮ, ਜਿੱਥੋਂ ਦੇ ਅੱਜ ਕਰਮੰਨੇ ਵਰਗਿਆਂ ਦਾ ਨਾਮ ਚੱਲਦਾ ਉਸ ਨਗਰ ਦਾ ਆਹ ਨੌਜਵਾਨ ਜਿਹੜਾ ਕਬੱਡੀ ਪਾ ਕੇ ਨੰਬਰ ਭੈਣੀ ਸਾਹਿਬ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਅਗਲੀ ਕਬੱਡੀ ਫਿਰ ਪਰਮਜੀਤਪੁਰ ਦੇ ਵੱਲੋਂ। ਅਮਰਜੀਤ ਜੀ, ਇੱਕ ਲਿਸਟ ਪੁੱਛਦੀ ਕਰ ਦਿਓ ਪਿੰਡ ਪੱਧਰ ਦੇ ਓਪਨ ਦੇ ਮੈਚਾਂ ਦੀ, ਮੈਂ ਨਾਲ ਦੀ ਨਾਲ ਖਿਡਾਰੀਆਂ ਨੂੰ ਸੱਦੇ ਦੇਈ ਜਾਵਾਂਗੇ। ਤੇ ਇਧਰਲੇ ਪਾਸੇ ਸਾਡੇ ਵੀ ਤਾਜੇ ਦੇ ਫੈਨ ਪੁੱਜੇ ਨੇ, ਇਹਨਾਂ ਦਾ ਵੀ ਧੰਨਵਾਦ ਹੈ। ਔਰ ਜਿਸ ਤਰ੍ਹਾਂ ਵੀ ਅਗਲੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਆਪਾਂ ਜਾਰੀ ਕਰਾਂਗੇ, ਔਰ ਖਿਡਾਰੀਆਂ ਨੂੰ ਇਸੇ ਤਰ੍ਹਾਂ ਜੋੜ ਕੇ ਰੱਖਾਂਗੇ ਮੈਦਾਨ ਦੇ ਨਾਲ। ਹਵਾਵਾਂ ਜਿਹੜੀਆਂ ਹਲਕੀ ਹਲਕੀਆਂ ਚੱਲ ਰਹੀਆਂ ਨੇ, ਹਲਕੇ ਹਲਕੇ ਝੰਡੇ ਝੂਰ ਰਹੇ ਨੇ, ਰੰਗ ਬਿਰੰਗੀਆਂ ਦਸਤਾਰਾਂ ਬਣ ਕੇ ਸਾਡੇ ਵੀਰ ਅਜੇ ਇਸ ਖੇਡ ਕਬੱਡੀ ਦਾ ਆਨੰਦ ਮਾਣਨ ਦੇ ਲਈ ਬੈਠੇ ਹੋਏ। ਚੱਲ ਵੀ ਨੌਜਵਾਨਾਂ, ਪਾ ਫਿਰ ਅਗਲੀ ਕਬੱਡੀ।
ਭੈਣੀ ਸਾਹਿਬ ਦੇ ਵੱਲੋਂ ਉੱਚੇ ਲੰਮੇ ਕੱਦ ਦਾ ਖਿਡਾਰੀ ਬਿਲਕੁਲ ਤਿਆਰ ਬਰ ਤਿਆਰ ਕਿ ਗੱਜ ਜਿੰਨੀ ਚੌੜੀ ਛਾਤੀ ਉੱਤੇ ਮਾਰਨੀ ਜਿਗਰਾ ਬਥੇਰਾ ਤੇ ਸ਼ੇਰ ਜਿੰਨੀ ਜਾਨ ਨੀ ਸ਼ੇਰਾਂ ਵਰਗੀ ਦਿੱਖ ਤੇ ਪੁਆਇੰਟ ਭੈਣੀ ਸਾਹਿਬ ਦੇ ਵਾਸਤੇ ਜੁੜਦਾ ਹੋਇਆ ਪਹਿਲਾ ਨੰਬਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਅੰਮ੍ਰਿਤਪਾਲ ਸਿੰਘ ਚੜ੍ਹਦੀ ਵਰੇਜ ਦਾ ਖਿਡਾਰੀ ਪਤਾਰਾ ਵਾਰਸਜ ਰੋੜਕਾ ਪਤਾਰਾ ਵਾਰਸਜ ਰੋੜਕਾ ਕਲਾਂ ਇਹ ਵੀ ਦੋਨੋਂ ਟੀਮਾਂ ਇਸ ਮੈਚ ਤੋਂ ਬਾਅਦ ਇਹਨਾਂ ਦੇ ਦੋਨਾਂ ਟੀਮਾਂ ਦਾ ਮੈਚ ਆ ਪਤਾਰਾ ਵਾਰਸਜ ਰੋੜਕਾ ਕਲਾਂ ਹਾਂਜੀ ਪਤਾਰਾ ਤੇ ਰੁੜਕਾ ਕਲਾਂ ਅਗਲੇ ਮੈਚ ਦੇ ਵਾਸਤੇ ਟੀਮਾਂ ਬਿਲਕੁਲ ਤਿਆਰ ਰਹਿਣਗੀਆਂ ਜੀ ਪਤਾਰਾ ਤੇ ਰੁੜਕਾ ਕਲਾਂ ਜਲਦੀ ਆ ਜਾਓ ਸਾਡੇ ਕੋਲ ਬਡਾਲਾ ਮੰਜਕੀ ਵਾਰਸਜ ਭਿੰਡਰ ਕਲਾਂ ਇਹ ਵੀ ਦੋਨੋਂ ਟੀਮਾਂ ਤਿਆਰ ਹੋ ਕੇ ਗਰਾਊਂਡ 'ਚ ਪਹੁੰਚ ਜਾਣ ਬਾਕ ਓਵਰ ਕਿਸੇ ਨੂੰ ਨਹੀਂ ਦੇਣਾ ਹੈਗਾ ਵਡਾਲਾ ਮੰਜਕੀ ਤੇ ਭਿੰਡਰ ਕਲਾਂ ਦੀ ਟੀਮ ਵੀ ਜਲਦੀ ਆਵੇ ਵਡਾਲਾ ਮੰਜਕੀ ਤੇ ਭਿੰਡਰ ਕਲਾਂ ਕਿਸੇ ਵੀ ਟੀਮ ਨੂੰ ਪਹਿਲੇ ਰਾਊਂਡ ਦੇ ਵਿੱਚ ਵਾਕ ਓਵਰ ਜਿਹੜਾ ਉਹ ਨਹੀਂ ਦਿੱਤਾ ਇਸ ਗੱਲ ਨੂੰ ਨੋਟ ਕਰਿਓ ਵੀ ਕਿਸੇ ਵੀ ਟੀਮ ਨੂੰ ਵਾਕ ਓਵਰ ਨਹੀਂ ਦਿੱਤਾ ਜਾਵੇਗਾ ਪਹਿਲੇ ਰਾਊਂਡ ਦੇ ਵਿੱਚ ਰੁੜਕੇ ਦੀ ਟੀਮ ਦੇ ਅੱਗੇ ਬੇਨਤੀ ਵੀ ਜਲਦੀ ਆਵੇ ਰੁੜਕੇ ਦੀ ਟੀਮ ਅਗਲੇ ਮੈਚ ਦੇ ਵਾਸਤੇ ਰੁੜਕਾ ਪਤਾਰਾ ਵਰਸਜ ਰੋੜਕਾ ਕਲਾਂ ਭਿੰਡਰ ਬਡਾਲਾ ਮੰਜਕੀ ਵਰਸਜ ਭਿੰਡਰ ਕਲਾਂ ਪਤਾਰੇ ਵਾਲੀ ਟੀਮ ਗਰਾਊਂਡ 'ਚ ਪਹੁੰਚ ਚੱਲੀ ਆ ਰੋੜਕਾ ਕਲਾਂ ਇਹ ਵੀ ਜਲਦੀ ਤੋਂ ਜਲਦੀ ਟੀਮ ਦੋਨੋਂ ਗਰਾਊਂਡ 'ਚ ਪਹੁੰਚ ਜਾਣ ਬਡਾਲਾ ਮੰਜਕੀ ਵਰਸਜ ਭਿੰਡਰ ਕਲਾਂ ਇਹ ਵੀ ਟੀਮ ਤਿਆਰ ਬਾਰ ਤਿਆਰ ਹੋ ਕੇ ਗਰਾਊਂਡ 'ਚ ਪਹੁੰਚ ਜਾਵੇ ਹਾਂਜੀ ਰੁੜਕੇ ਦੀ ਟੀਮ ਜਲਦੀ ਆਵੇ ਰੁੜਕੇ ਦੀ ਟੀਮ ਇਧਰਲੇ ਪਾਸੇ ਸਾਡੇ ਸਤਿਕਾਰਯੋਗ ਜਿੱਥੇ ਖੇਡ ਕਬੱਡੀ ਦੇ ਨਾਲ ਉੱਥੇ ਖਿਡਾਰੀਆਂ ਦੇ ਸਰੂਪ ਦੇ ਨਾਲ ਬੜਾ ਪਿਆਰ ਹੈ ਸਾਡੇ ਸਤਿਕਾਰਯੋਗ ਜਥੇ ਦਾ ਦਰਬਾਰਾ ਸਿੰਘ ਜੀ ਉਹਨਾਂ ਨੂੰ ਕਿ ਕਲਗੀਆਂ ਵਾਲਿਆ ਲਿਖਾਂ ਕਿ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਕਾਰ ਵੱਡਾ ਤੇਰੇ ਚੋਚ ਵੱਡੇ ਤਰੀ ਵਡਿਆਈ ਵੱਡੀ ਚੋਜ਼ੀ ਗੁਣਾਂ ਦਾ ਤੇਰਾ ਭੰਡਾਰ ਵੱਡਾ ਇਹ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਦੀ ਕੀਤਾ ਸਿਰਾਂ ਦਾ ਤੁਸੀਂ ਵਪਾਰ ਵੱਡਾ ਜੁਗਾ ਜੁਗਾ ਨਾਲ ਲਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਦਾਰ ਵੱਡਾ ਕਿ ਸਿੱਖ ਕੌਮ ਤੇ ਤੇਰਾ ਉਦਾਰ ਵੱਡਾ ਸਾਡੇ ਸਤਿਕਾਰਯੋਗ ਜਥੇ ਦਾ ਦਰਬਾਰਾ ਸਿੰਘ ਜੀ ਚਿੱਟੀ ਵਾਲੇ ਗੁਰਵਿੰਦਰ ਸਿੰਘ ਨੂੰ ਵੱਡੇ ਮਾਨ ਸਨਮਾਨ ਦੇ ਰਹੇ ਨੇ ਕਿਉਂਕਿ ਉਹ ਸਿੱਖੀ ਸਰੂਪ ਦੇ ਵਿੱਚ ਖੇਡਦਾ ਤਰਸੇਮ ਸਿੰਘ ਪੰਕਿਆ ਵਾਲੇ ਦਾ ਬੇਟਾ ਸੋ ਉਸਦੇ ਵਾਸਤੇ 1000 ਰੁਪਇਆ ਉਹ ਸਪੈਸ਼ਲ ਪ੍ਰਾਈਜ਼ ਦੇ ਰਹੇ ਕਿਉਂਕਿ ਜਿੱਥੇ ਕਬੱਡੀ ਦੇ ਨਾਲ ਵੀ ਡਾਢਾ ਮੋਹ ਹੈ ਉੱਥੇ ਕੇਸਾਧਾਰੀ ਬਣ ਕੇ ਉਹ ਨੌਜਵਾਨ ਖੇਡਦਾ ਉਸਦੇ ਵਾਸਤੇ ਵੱਡੇ ਮਾਨ ਸਨਮਾਨ ਹਾਂਜੀ ਇਸ ਤੋਂ ਅੱਗੇ ਟੰਡੇ ਨੀਅਰ ਗ੍ਰਾਂ ਵਰਸਜ ਹੁੰਦਲ ਟੱਡੇ ਇਹ ਵੀ ਦੋਨੋਂ ਟੀਮਾਂ ਤਿਆਰ ਹੋ ਕੇ ਗਰਾਊਂਡ 'ਚ ਪਹੁੰਚ ਜਾਣ ਗਰਾਊਂਡ ਖਾਲੀ ਨਹੀਂ ਰਹਿਣੀ ਚਾਹੀਦੀ ਪਤਾਰਾ ਵਰਸਜ ਰੋੜਕਾ ਕਲਾਂ ਬਡਾਲਾ ਮੰਜਕੀ ਵਰਸਜ ਭਿੰਡਰ ਕਲਾਂ ਟੰਡੇ ਵਰਸਜ ਹੁੰਦਲ ਟੱਡੇ ਇਹ ਛੇਓ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਗਰਾਊਂਡ 'ਚ ਆਉਣ ਬਾਕ ਓਵਰ ਕਿਸੇ ਨੂੰ ਨਹੀਂ ਦੇਣਾ ਜਿਹੜੀ ਨਾ ਆਈ ਦੂਜੀ ਨਾ ਖੜਾ ਦੇਣਾ ਹਾਂਜੀ ਪਤਾਰਾ ਤੇ ਰੁੜਕਾ ਕਲਾਂ ਸੋ ਦੋਵੇਂ ਟੀਮਾਂ ਬਿਲਕੁਲ ਤਿਆਰ ਬਰ ਤਿਆਰ ਰਹਿਣ ਪਤਾਰਾ ਤੇ ਰੁੜਕਾ ਕਲਾਂ ਲਓ ਸੋਨੂੰ ਦੀ ਕਬੱਡੀ ਸੋਨੂੰ ਦੀ ਕਬੱਡੀ ਦੇ ਉੱਪਰ ਚਾਰਾਂ ਦੇ ਵਿੱਚ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਸਾਡੇ ਪੰਡਿਤ ਜੀ ਸਿੱਧਵਾਂ ਦੋਨਾਂ ਵਾਲੇ ਇਸ਼ਾਰਾ ਕਰ ਰਹੇ ਵੀ ਨੰਬਰ ਰੇਡਰ ਦੇ ਵਾਸਤੇ ਨੰਬਰ ਭੈਣੀ ਸਾਹਿਬ ਦੇ ਵਾਸਤੇ ਜੁੜਦਾ ਹੋਇਆ ਭੈਣੀ ਸਾਹਿਬ ਮੇਰੇ ਤੋਂ ਸੱਜੇ ਪਾਸੇ ਔਰ ਮੇਰੇ ਤੋਂ ਦੂਸਰੇ ਪਾਸੇ ਜੋ ਖਿਡਾਰੀ ਖੇਡ ਰਹੇ ਨੇ ਇਹ ਮੈਦਾਨ ਦੇ ਅੰਦਰ ਅੱਜ ਖੇਡ ਰਹੇ ਨੇ ਮੈਦਾਨ ਦੇ ਵਿੱਚ ਵਧੀਆ ਨੌਜਵਾਨ ਇੱਕ ਪਾਸੇ ਔਰ ਨਾਲ ਹੀ ਪਤਾਰੇ ਨੂੰ ਬੇਨਤੀ ਆ ਵੀ ਜਲਦੀ ਆਵੇ ਪਤਾਰਾ ਤੇ ਰੁੜਕਾ ਅਗਲੇ ਮੈਚ ਦੇ ਵਾਸਤੇ ਪਤਾਰਾ ਤੇ ਰੁੜਕੇ ਦੀ ਟੀਮ ਦੂਸਰੇ ਪਾਸੇ ਮੰਗੀ ਡੱਕਣ ਦੀ ਕੋਸ਼ਿਸ਼ ਕਰਦਾ ਮੈਦਾਨ ਦੇ ਵਿੱਚ ਆਉਂਦਿਆਂ ਦੇ ਕੋਲ ਮੁਕਾਬਲਾ ਸਖਤ ਹੈ ਕਿ ਛੋਟੇ ਵੀਰਾ ਕਰਨੀ ਛੱਡ ਦੇ ਰੀ ਸ਼ਰਾਬੀਆਂ ਦੀ ਆਹ ਦੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ ਨੰਬਰ ਰੇਡਰ ਦੇ ਵਾਸਤੇ ਸਾਡੇ ਦਰਸ਼ਕ ਤਾੜੀਆਂ ਮਾਰ ਰਹੇ ਨੇ ਨੌਜਵਾਨ ਦੇ ਲਈ ਬਈ ਬਹੁਤ ਹੀ ਕਮਾਲ ਦਾ ਪੁਆਇੰਟ ਜੋੜ ਲਿਆ ਆਪਣੀ ਟੀਮ ਦੇ ਸਾਡੇ ਸਤਿਕਾਰਯੋਗ ਇੱਕ ਵਾਰੀ ਫਿਰ ਤੋਂ ਮੈਂ ਜਥੇਦਾਰ
दरबारा सिंह जी उन्हों का धनवादी हैं जिहड़े वड्डे मान सम्मान कर रहे ने गुरविंदर सिंह दे तरसेम सिंह दे बेटे दे वड्डे मान सम्मान कर रहे ने सिक्खी सरूप दे वास्ते भई उस सिक्खी सरूप दे विच खेड़दा है नौजवान मैदाना दे अंदर ते बहुत वधिया फबद है जिथे पाले उन्हें भी वधिया खेड़दे और उत्थे साडे वीर नौजवान सारे जग्गे उन्हों का धन्नवाद है ते पॉइंट फिर मंगा अपनी टीम दे लई पतारे दी टीम आ गई है रुड़का जल्दी आवे पतारा पहुंच गया रुड़का आवे जल्दी रुड़के दी टीम जल्दी तो जल्दी पुजे रुड़के दे खिलाड़ियां दे गए ये लास्ट बेनती है कि जल्दी आवे रुड़के दी टीम केंद्र भी प्यार दे नाल टाली केंद्र लेकिन टाली का मोछा बड़ा मजबूत होंदा है ला पूरी मजबूती दे नाल जफा ला के भैणी साहब की टीम दे वास्ते नंबर चल भी सोनू पा कबड्डी नौजवान सोनू मुंडे का शरीर देख लो कि रखने पेंदे तस्वीर वांग तराश के पेंडे हुंदी शर्त मैदाना के चुस्ती फुरती जोर ते जुगती हुंदी चढ़त मैदाना दी तेज रेडर ते तकड़ जाफी फर निकले रड़क मैदाना दी ये ता जाके पेंदी कहानी यार बांके शेर जवाना दी हाँ जी चलते हो मैच दे विच हाफ समय दे स्कोर परमजीतपुर दे पांच दे भैणी साहब दे नंबर ने 11.5 पॉइंट 11.5 मेरे तो सज्जे पासे दे 5 पॉइंट मेरे तो खब्बे पासे नोट कर लियो मेन स्टेज वाले पासे जिहड़ी टीम खेड रही है इस दे पॉइंट ने परमजीतपुर दे 5 और भैणी साहब दे नंबर ने 11.5 पॉइंट नोट करो ये हाफ समय दे स्कोर ने भैणी साहब 11.5 हाँ जी रुड़का जल्दी तो जल्दी आवे रुड़के दी टीम रुड़का रुड़का कलां दी टीम जल्दी आवे मैदान दे विच बेनती है साडे प्रबंधकां दे वल्लों भई 2 मिनट दिते जाणगे साडे प्रधान होणी कह रहे ने भी 2 मिनट तो बाद असीं टीम कट देंगे बाद दे विच इतराज़ ना करिओ भी असीं दूरों खेडण दे वास्ते पुज्जे हाँ इधरले पासे काले सिंघां दे ताजे उहनां दे फैन दा धन्नवाद करदे हां जिथे कल भी नौजवान ने वधिया कबड्डी खेडी है और जे मालक ने मेहर कीती तां अज भी खेडण दे वास्ते पुज्जेगा सो ठीक है फिर ठीक है हां जी रुड़के दी टीम जल्दी आवे रुड़का रुड़के कला नूं बार बार बेनती की जा रही लेकिन खिलाड़ी नहीं पुज रहे रुड़का कला की जिहड़ी गिनती है उल्टी शुरू हो जाएगी बाद विच खिलाड़ी नोट कर लियो भी टीम जे कट दिती तां कट दिती बाद विच किसे दी भी सिफारिश जिहड़ी उह नहीं चलनी अमरजीत जी अगलिया टीम अनाउंस कर दो उस तो बाद जो अगले खिलाड़ी ने साडे सुखी उन्होंने अगे बेनती है बई आप अगलिया जड़िया टीम वह भी अनाउंस कर दीए इधले पास कबड्डी पाने भैणी साहब का सोनू फिर वध्या हुए थे दूसरे पास 2 नंबर तो खुच कढ़ी हुई है वजू कैंची मैदान के अंदर एक पास भारी शरीर दे दूसरे पास चढ़ती बरेज का नौजवान नहीं जफा ला सकिया नंबर रेडर के हिस्से वह जरा धावी के हिस्से जा जुड़िया लो यारी जट दी तूत दा मोछा कदे ना बचालो टुटदी पर इनू टाली कहिंदे प्यार दे नाल नहीं जफा ला सकिया नंबर रीडर दे वास्ते चल भी पम्मिया पा कबड्डी नौजवान कबड्डी पाउण दे वास्ते पम्मा अज एक पम्मे दा मान सन्मान कीता जाएगा साडे गुरविंदर उहनां दे वल्लों विशेष तौर ते कप दे नाल सो एक पम्मा आ कबड्डी पा रहा मैदान दे विच कलवंत घोलीए ने गल कीती भी एक पम्मा सुहाणे दा चंडीगढ़ का एरिया बहुत सारे पम्मे नाम के कबड्डी के खिलाड़ी भी खेडते हैं बहुत सारे सुखे नाम के कबड्डी के खिलाड़ी खेडते हैं बहुत सारे दुले नाम के खिलाड़ी खेडते हैं सो इन्ह सारे कबड्डी के खिलाड़ियों का धन्यवाद है इधरले पासे साडे सत्कारयोग मैं एक बार फिर तो सारे प्रबंधकों के जिथे वे नाम ने साडे सत्कारयोग जथेदार दरबारा सिंह जी उन्हों का और उन्होंने नाल साडे सत्कारयोग जिन्हें भी वीर इस खेड क्लब में वड्डा मान सम्मान दे रहे हैं सारे का धन्यवाद के पॉइंट रेडर दे से रुड़ता हुआ हाँ जी रुड़का नहीं आया दे साडे को रुड़के दी टीम
ਵੀਰ ਜੀ ਰੁੜਕੇ ਦੀ ਟੀਮ ਨੂੰ ਲਾਸਟ ਬੇਨਤੀ ਹੈ, ਨਹੀਂ ਤਾਂ ਅਸੀਂ ਟੀਮ ਲੱਗੇ ਆ ਕੱਟਣ, ਅਗਲੀਆਂ ਟੀਮਾਂ ਲੱਗੇ, ਅਸੀਂ ਅਨਾਊਂਸ ਕਰ ਰੁੜਕਾ ਲਾਸਟ ਬੇਨਤੀ ਹੈ ਰੁੜਕਾ। ਜਲਾਲਪੁਰ ਜਲਾਲਪੁਰ ਏ ਟੀਮ ਦਾ ਕੋਈ ਵੀ ਖਿਡਾਰੀ ਸਾਡੀ ਆਵਾਜ਼ ਸੁਣਦਾ ਹੋਵੇ ਸਾਡੇ ਨਾਲ ਇੱਥੇ ਸਟੇਜ ਤੇ ਆਣ ਕੇ ਸੰਪਰਕ ਕਰੇ। ਜਲਾਲਪੁਰ ਏ ਟੀਮ ਦਾ ਕੋਈ ਵੀ ਪਲੇਅਰ, ਜਲਾਲਪੁਰ ਦੀ ਟੀਮ ਦਾ ਜੇਕਰ ਕੋਈ ਖਿਡਾਰੀ ਪੁੱਜਿਆ ਤਾਂ ਉਹ ਵੀ ਸੰਪਰਕ ਕਰੇ ਆ ਕੇ ਸਾਡੇ ਨਾਲ ਜਲਾਲਪੁਰ ਦਾ। ਹਾਂਜੀ ਸਪਰੇਅ ਕਰ ਦਿਓ ਜੀ ਪੁੱਜਦੀ, ਅਮਰਜੀਤ ਜੀ ਸਪਰੇਅ ਜਸਵੀਰ ਦੇ ਕੋਲ ਹੈ, ਤੁਸੀਂ ਮਿਹਰ ਕੇ ਪੁੱਜਦੀ ਕਰਿਓ। ਸਾਡੇ ਨਿੱਕੇ ਬਾਈ ਉਹਨਾਂ ਦਾ ਧੰਨਵਾਦ ਹੈ, ਸਾਰੇ ਸਤਿਕਾਰਯੋਗ ਵੀਰਾਂ ਦਾ, ਸਾਡੇ ਸਤਨਾਮ ਵਰਗੇ ਸਾਡੇ ਵੀਰ ਜਿਹੜੇ ਵਿਸ਼ੇਸ਼ ਤੌਰ ਤੇ ਜੁੜੇ ਹੋਏ ਨੇ ਸਾਡੇ ਪ੍ਰਬੰਧਕਾਂ ਦੇ ਨਾਲ। ਸੋ ਅਸੀਂ ਮੂਲ ਸਪਰੇ ਜਿਹੜੀ ਪੁੱਜਦੀ ਕਰਦੀ ਹੈ ਮੈਦਾਨ ਦੇ ਵਿੱਚ ਜਲਦੀ ਤੋਂ ਜਲਦੀ ਇਹਨਾਂ ਖਿਡਾਰੀਆਂ ਦੇ ਲਈ। ਹਾਂਜੀ ਰੁੜਕੇ ਨੂੰ ਇਹ ਲਾਸਟ ਬੇਨਤੀ ਹੈ, ਜੇਕਰ ਰੁੜਕਾ ਆਵੇ ਠੀਕ ਹੈ, ਨਹੀਂ ਤਾਂ ਚੱਲਦੇ ਹੋਏ ਮੈਚ ਦੇ ਬਾਅਦ ਰੁੜਕੇ ਦੀ ਟੀਮ ਅਸੀਂ ਸਕ੍ਰੈਚ ਕਰ ਦੇਣੀ ਹੈ। ਇਸ ਗੱਲ ਨੂੰ ਨੋਟ ਕਰ ਲਿਓ, ਰੁੜਕੇ ਦੀ ਟੀਮ ਜਲਦੀ ਤੋਂ ਜਲਦੀ ਆਵੇ ਨਹੀਂ ਤਾਂ ਸਕ੍ਰੈਚ ਕਰ ਦਿੱਤੀ ਜਾਵੇਗੀ। ਇਹ ਖੇਡ ਕਬੱਡੀ ਚੁਸਤੀ ਦੀ ਕੰਮ ਭਿੜਨਾ ਝੋਟੇ ਦਾ, ਜੀਦਾਰੀ ਦੀ ਕੁਸ਼ਤੀ ਸੁੱਚਾ ਸਾਥ ਲੰਗੋਟੇ ਦਾ, ਤੰਦਰੁਸਤਾਂ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ, ਮੇਲਣ ਬਣ ਕੇ ਦੇਖ ਮੇਲਣੇ ਮੇਲਾ ਯਾਰਾਂ ਦਾ। ਅੱਜ ਯਾਰਾਂ ਦਾ ਮੇਲਾ ਭਰ ਜੋਬਨ ਦੇ ਉੱਪਰ ਚੱਲ ਰਿਹਾ, ਸਾਡੇ ਖਿਡਾਰੀ ਖੇਡਣ ਦੇ ਵਾਸਤੇ ਜੁੜੇ ਹੋਏ ਨੇ, ਦਰਸ਼ਕ ਜਿਹੜੇ ਦੇਖ ਰਹੇ ਨੇ, ਉਧਰਲੇ ਪਾਸੇ ਬੱਚੇ ਜਿਹੜੇ ਗੁਬਾਰੇ ਉਡਾ ਰਹੇ ਨੇ ਮੈਦਾਨ ਦੇ ਵਿੱਚ। ਸੋ ਹਵਾਵਾਂ ਬਹੁਤ ਸੋਹਣੀਆਂ ਚੱਲ ਰਹੀਆਂ ਨੇ, ਖਿਡਾਰੀ ਖੇਡ ਰਹੇ ਨੇ, ਔਰ ਰੁੜਕੇ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਵੇ ਰੁੜਕਾ, ਲਾਸਟ ਬੇਨਤੀ ਰੁੜਕੇ ਦੀ ਟੀਮ। ਚੱਲਦੇ ਹੋਏ ਮੈਚ ਦੀ ਸਮਾਪਤੀ ਹੋ ਚੁੱਕੀ ਹੈ ਜੀ, ਰੁੜਕੇ ਦੀ ਟੀਮ ਹਲੇ ਤੱਕ ਨਹੀਂ ਪੁੱਜੀ। ਤੇ ਅਮਰਜੀਤ ਜੀ ਨੋਟ ਕਰ ਲਿਓ, ਪਰਮਜੀਤਪੁਰੇ ਦੇ 10 ਪੁਆਇੰਟ ਨੇ ਤੇ ਉਹਦੇ ਨੰਬਰ ਨੇ 16.5 ਨੰਬਰ। ਭੈਣੀ ਸਾਹਿਬ ਜੇਤੂ ਹੈ, ਭੈਣੀ ਸਾਹਿਬ ਦੀ ਟੀਮ ਜਿਹੜੀ ਇਸ ਮੈਚ ਦੇ ਵਿੱਚ ਜੇਤੂ ਰਹੀ ਹੈ, ਭੈਣੀ ਸਾਹਿਬ 16.5 ਪੁਆਇੰਟ। ਰੁੜਕਾ ਨਹੀਂ ਹਲੇ ਪੁੱਜਿਆ, ਰੁੜਕੇ ਦੀ ਟੀਮ ਜਲਦੀ ਆਵੇ ਰੁੜਕਾ। ਬਈ ਰੁੜਕੇ ਵਾਲੇ ਕਿਤੇ ਕੱਪੜੇ ਲਾਉਂਦੇ ਸਾਨੂੰ ਦੱਸ ਦਿਓ, ਨਹੀਂ ਲਾਉਣੇ ਤਾਂ ਵੀ ਦੱਸ ਦਿਓ। ਉਸ ਤੋਂ ਬਾਅਦ ਬੰਡਾਲਾ ਮੰਜ ਕੀ ਭਿੰਡਰ ਕਲਾਂ, ਬੰਡਾਲਾ ਮੰਜ ਕੀ ਵਰਸਿਜ ਭਿੰਡਰ ਕਲਾਂ। ਵੀ ਇਹਨਾਂ ਦੋਨਾਂ ਟੀਮਾਂ ਨੂੰ ਵੀ ਅੱਧਾ ਮਿੰਟ ਬਾਕੀ ਆ, ਟੰਡੇ ਵਰਸਿਜ ਹੁੰਦਲ ਢੱਡੇ, ਟੰਡੇ ਵਰਸਿਜ ਹੁੰਦਲ ਢੱਡੇ, ਬਜਵਾ ਕਲਾਂ ਵਰਸਿਜ ਚਮਿਆਰਾ, ਉਸ ਤੋਂ ਬਾਅਦ ਚਿੱਟੀ ਵਰਸਿਜ ਮਹਿਸਮਪੁਰ ਬੇਟ। ਇਹ ਵੀ ਟੀਮਾਂ ਤਿਆਰ ਹੋ ਕੇ ਜਲਦ ਪਹੁੰਚ ਜਾਣ। ਮੰਨਾ ਸਾਡਾ ਵੀਰ ਮੰਨਾ ਖਹਿਰਾ ਜੀ, ਸਾਡੇ ਜਸਪਾਲ ਸਿੰਘ ਜੀ ਰਾਣਾ ਬਨਵਾਲੀਪੁਰ ਹੁਣਾਂ ਦੇ ਨਾਲ ਸੰਪਰਕ ਕਰੇ, ਜਿੱਥੇ ਸਾਡਾ ਵੀਰ ਮੰਨਾ ਜੁੜਿਆ ਹੋਵੇ ਉਸਦੇ ਕੀ ਬੇਨਤੀ ਹੈ ਵੀ ਜੇ ਕਿਤੇ ਆਵਾਜ਼ ਸੁਣ ਰਿਹਾ ਆ ਕੇ ਸੰਪਰਕ ਕਰੇ ਮੰਨਾ ਖਹਿਰਾ ਜੀ। ਵੀ ਜੀ ਰੁੜਕੇ ਨੂੰ ਲਾਸਟ ਬੇਨਤੀ ਹੈ ਵੀ ਰੁੜਕੇ ਨੇ ਜੇਕਰ ਖੇਡਣਾ ਤਾਂ ਵੀ ਦੱਸ ਦੇਣ, ਜੇ ਨਹੀਂ ਖੇਡਣਾ ਤੇ ਤਾਂ ਵੀ ਦੱਸ ਦੇਣ। ਰੁੜਕੇ ਦੀ ਟੀਮ ਜੇਕਰ ਖੇਡਣਾ ਤਾਂ ਵੀ ਦੱਸੇ।